ਹੈਲੋ ਐਂਡ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਸੈਸ਼ਨ ਸਾਡਾ ਪੰਜਾਬ ਦੇ ਵਿੱਚ ਦੋਸਤੋ ਅੱਜ ਜੋ ਹੈ ਮਹਾਰਾਜਾ ਰਣਜੀਤ ਸਿੰਘ ਬਾਰੇ ਹੀ ਅਸੀਂ ਅੱਗੇ ਵਧਾਂਗੇ ਅਸੀਂ ਤੁਹਾਨੂੰ ਯਾਦ ਹੈ ਕਿ ਪਿਛਲੇ ਲੈਕਚਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਬੇਸਿਕ ਜੋ ਮੋਡਲੀ ਜਾਣਕਾਰੀ ਲੈ ਲਈ ਸੀ ਉਹਨਾਂ ਦਾ ਜਨਮ ਕਿੱਥੇ ਹੋਇਆ ਉਹਨਾਂ ਦੇ ਮਾਤਾ ਦਾ ਨਾਮ ਪਿਤਾ ਦਾ ਨਾਮ ਅਤੇ ਦੋਸਤੋ ਕਿਸ ਤਰੀਕੇ ਨਾਲ ਜੋ ਹੈ ਉਹਨਾਂ ਨੇ ਲਾਹੌਰ ਤੇ ਕਬਜ਼ਾ ਕਰਕੇ ਆਪਣੇ ਪੂਰੇ ਅੰਪਾਇਰ ਨੂੰ ਨਾਮ ਦੇ ਦਿੱਤਾ ਸੁਬਾਹ ਲਾਹੌਰਾ ਅਤੇ ਕੱਲ ਅਸੀਂ ਸੁਬਾਹ ਲਾਹੌਰ ਅਤੇ ਕੱਲ ਅਸੀਂ ਜੋ ਹੈ ਦੋਸਤੋ ਪੜਿਆ ਕੋਹੀ ਨੂਰ ਬਾਰੇ ਕੱਲ ਅਸੀਂ ਜੋ ਪੜਿਆ ਇਸ ਤੋਂ ਇਲਾਵਾ 1809 ਦੀ ਸੰਧੀ ਬਾਰੇ ਅਤੇ ਦੋਸਤੋ ਹੋਰ ਕਈ ਸਾਰੀਆਂ ਜਾਣਕਾਰੀਆਂ ਕੱਲ ਦਿੱਤੀਆਂ ਸੀ ਤਾਂ ਅੱਜ ਜੋ ਹੈ ਕੱਲ ਜੰਗਾ ਬਾਰੇ ਪੜਿਆ ਸੀ ਉਸ ਤੋਂ ਅੱਗੇ ਜੋ ਹੈ ਬਤਾਵਾਂਗੇ ਦੋਸਤੋ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਜੋ ਐਡਮਿਨਿਸਟ੍ਰੇਸ਼ਨ ਹੈ ਕਿਸ ਤਰੀਕੇ ਨਾਲ ਐਕਸਪੈਂਡ ਕੀਤਾ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਵਾਰ ਰਿਪੀਟ ਕਰ ਦੇਵਾਂ ਜੋ ਲਾਸਟ ਤੋਂ ਲਾਸਟ ਲੈਕਚਰ ਦੇ ਵਿੱਚ ਤੁਹਾਨੂੰ ਮੈਂ ਕਿਹਾ ਸੀ ਇਹ ਸੀਰੀਜ਼ ਜ਼ਰੂਰ ਯਾਦ ਰੱਖਣੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਮਹਾ ਸਿੰਘ ਚੜਾ ਸਿੰਘ ਫਿਰ ਨੌਜ ਸਿੰਘ ਅਤੇ ਫਿਰ ਬੁੱਧ ਸਿੰਘ ਦੋਸਤੋ ਕਿਉਂਕਿ ਕਈ ਵਾਰ ਮੈਂ ਵੇਖਿਆ ਕਿ ਜਦੋਂ ਜੋ ਜੋ ਮਿਸਲ ਦੇ ਫਾਊਂਡਰਸ ਦੇ ਨਾਮ ਆਉਂਦੇ ਨੇ ਤਾਂ ਕਿਤੇ ਕਿਤੇ ਬੁੱਧ ਸਿੰਘ ਦਾ ਵੀ ਨਾਮ ਹੈ ਨੌਜ ਸਿੰਘ ਦਾ ਵੀ ਹੈ ਚੜ੍ਹਤ ਸਿੰਘ ਦਾ ਵੀ ਮਹਾ ਸਿੰਘ ਦਾ ਵੀ ਹੈ ਕਿਉਂਕਿ ਮੈਂ ਇਵਨ ਪੀਸੀਐਸ ਦੇ ਐਗਜ਼ਾਮ ਦੇ ਵਿੱਚ ਵੀ ਕਈ ਵਾਰ ਦੇਖਿਆ ਹੈ ਕਿ ਇਹ ਜੋ ਮੈਚ ਦਾ ਕਾਲਮ ਜਾਂ ਫਿਰ ਸਿੱਧਾ ਫਾਊਂਡਰਸ ਪੁੱਛਲੇ ਜਾਂਦੇ ਨੇ ਤਾਂ ਕੋਈ ਵੀ ਆਪਸ਼ਨ ਦੇ ਵਿੱਚ ਆ ਸਕਦਾ ਹੈ ਤਾਂ ਅਸੀਂ ਗੱਲ ਕਰਦੇ ਹਾਂ ਦੋਸਤੋ ਜੋ ਹੈ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਮਿਸਲਸ ਹਾਲਾਂਕਿ ਜੋ ਉਹਨਾਂ ਦੇ ਵਿੱਚ ਇਕੁਐਲਿਟੀ ਦਾ ਭਾਵ ਹਮੇਸ਼ਾ ਤੋਂ ਰਿਹਾ ਲੇਕਿਨ ਫੇਰ ਵੀ ਆਪਸ ਦੇ ਵਿੱਚ ਕੁਝ ਟਸਲ ਜੋ ਹੈ ਉਹ ਜ਼ਰੂਰ ਰਹੀ ਤਾਂ ਅਸੀਂ ਦੇਖਦੇ ਹਾਂ ਕਿ 1796 ਦੇ ਵਿੱਚ ਦੋਸਤੋ ਇਸ ਤੋਂ ਇਸ ਤੋਂ ਬਾਅਦ 1798 ਦੇ ਵਿੱਚ ਜੇ ਅਸੀਂ ਗੱਲ ਕਰੀਏ ਲਾਹੌਰ ਨੂੰ ਜਿੱਤਣ ਤੋਂ 1 ਸਾਲ ਪਹਿਲਾਂ 1798 ਦੇ ਵਿੱਚ ਦੇਖਦੇ ਹਾਂ ਕਿ ਜੋ ਇੰਪੋਰਟੈਂਟ ਸਿੱਖ ਮਿਸਲ ਸੀ ਜਿਵੇਂ ਕਿ ਉਹਨਾਂ ਵਿੱਚ ਉਹ ਪੰਗੀ ਮਿਸਲ ਹੈ ਕਨ੍ਹਈਆ ਮਿਸਲ ਹੈ ਨਕਈ ਹੈ ਅਤੇ ਆਲੂ ਵਾਲੀਆ ਹੈ ਇਹ ਚਾਰ ਮਿਸਲਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਹਾਲਾਂਕਿ ਉਸ ਟਾਈਮ ਤੱਕ ਉਹ ਮਹਾਰਾਜਾ ਨਹੀਂ ਬਣੇ ਸਨ ਰਣਜੀਤ ਸਿੰਘ ਦੀ ਵਧਦੀ ਹੋਈ ਤਾਕਤ ਤੋਂ ਜੋ ਹੈ ਡਰ ਲੱਗ ਰਿਹਾ ਸੀ ਤਾਂ ਆਪਸ ਦੇ ਵਿੱਚ ਵੀ ਕਾਫੀ ਟਕਸਲਬਾਜੀ ਸੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਕੀ ਕੀਤਾ ਕਿ ਚਾਰੋਂ ਮਿਸਲਾਂ ਨਾਲ ਹੀ ਆਪਣੇ ਰਿਲੇਸ਼ਨਸ ਜੋ ਹੈ ਬੈਟਰ ਕਰ ਲਏ ਜਿਵੇਂ ਕਿ ਕਨਈਆ ਮਿਸਲ ਦੇ ਵਿੱਚ ਜੋ ਹੈ ਉਹਨਾਂ ਨੇ ਮਹਿਤਾਬ ਕੌਰ ਨਾਲ ਵਿਆਹ ਕਰ ਲਿਆ ਸਦਾ ਕੌਰ ਦੀਤੀ ਨਾਲ ਇਸ ਤਰੀਕੇ ਨਾਲ ਜੋ ਕਨਈਆ ਮਿਸਲ ਨੂੰ ਆਪਣੇ ਨਾਲ ਜੋੜ ਲਿਆ ਇਸ ਤੋਂ ਇਲਾਵਾ ਜੋ ਨਕਈ ਪ੍ਰਿੰਸ ਰਾਜਕੌਰ ਉਹਨਾਂ ਨਾਲ ਵੀ ਵਿਆਹ ਕਰ ਲਿਆ ਨੇ ਕਈ ਮਿਸਲਾਂ ਨਾਲ ਵੀ ਆਪਣੇ ਰਿਲੇਸ਼ਨਸ ਬੈਟਰ ਕਰ ਲਏ ਇਸ ਤੋਂ ਇਲਾਵਾ ਜੋ ਆਲੂ ਵਾਲੀਆ ਮਿਸਲ ਹੈ ਉਸ ਦੇ ਜੋ ਫਾਊਂਡਰ ਨੇ ਫਤਿਹ ਸਿੰਘ ਆਲੂ ਵਾਲੀਆ ਉਹਨਾਂ ਨਾਲ ਆਪਣੇ ਪੱਗ ਵਟਾ ਲਈ ਆਪਣੀ ਦੋਸਤੀ ਕਰ ਲਈ ਤਾਂ ਕਿ ਅੱਗੇ ਫਿਊਚਰ ਦੇ ਵਿੱਚ ਜੋ ਹੈ ਕੋਈ ਸਮੱਸਿਆ ਨਾ ਖੜੀ ਹੋਵੇ ਐਂਡ ਕਈ ਸਾਰੀਆਂ ਜੋ ਸਮੱਸਿਆਵਾਂ ਕਈ ਸਾਰੀਆਂ ਜੋ ਮਿਸਲਸ ਨੇ ਉਹਨਾਂ ਨੂੰ ਉਹਨਾਂ ਨੂੰ ਜਿੱਤ ਲਿਆ ਉਹਨਾਂ ਦੇ ਉੱਪਰ ਹਮਲਾ ਕਰਕੇ ਤਾਂ ਦੋਸਤੋ 12 ਦੀਆਂ 12 ਮਿਸਲਾਂ ਨੂੰ ਯੁਨਾਈਟ ਕਰਨ ਤੋਂ ਬਾਅਦ 12 ਅਪ੍ਰੈਲ 1801 ਨੂੰ ਬਸਾਖੀ ਦੇ ਮੌਕੇ ਦੇ ਉੱਪਰ ਜੋ ਹੈ ਜੋ ਹੈ ਉਹਨਾਂ ਨੇ ਆਪਣੇ ਆਪ ਨੂੰ ਮਹਾਰਾਜ ਐਲਾਨ ਕਰ ਲਿਆ ਇੱਥੇ ਇਹ ਵੀ ਗੱਲ ਯਾਦ ਰੱਖਣੀ ਹੈ ਦੋਸਤੋ ਕਿਉਂਕਿ ਅੱਜ ਅਸੀਂ ਫਿਕਸ ਕਰ ਲਿਆ ਹੈ ਬਸਾਖੀ ਦਾ ਦਿਹਾੜਾ 14 ਅਪ੍ਰੈਲ ਲੇਕਿਨ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀ ਜੋ ਵਿਕਰਮ ਸੰਮਤ ਹੈ ਉਸ ਦੇ ਅਕੋਰਡਿੰਗ ਹੀ ਇਹ ਸੈੱਟ ਕੀਤਾ ਜਾਂਦਾ ਸੀ ਜਿਵੇਂ ਅਸੀਂ ਇਵਨ ਜਦੋਂ ਜੋ ਜਦੋਂ 10ਵੇਂ ਗੁਰੂ ਸਾਹਿਬ ਨੇ ਅਨੰਦਪੁਰ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਦੀ ਜੋ ਇੰਗਲਿਸ਼ ਜਾਂ ਜੋਰਜਨ ਕੈਲੰਡਰ ਦੀਆਂ ਤਰੀਕਾਂ ਬਣਦੀਆਂ ਨੇ ਉਹ ਵੀ 30 ਮਾਰਚ 1699 ਬਣਦੀਆਂ ਨੇ ਤਾਂ ਇਹ ਤਰੀਕਾਂ ਨਾਲ-ਨਾਲ ਤੁਸੀਂ ਜ਼ਰੂਰ ਯਾਦ ਰੱਖਣੀਆਂ ਨੇ ਲਾਹੌਰ ਜੋ ਹੈ ਐਸਸਰਡ ਐਜ਼ ਅ ਕੈਪੀਟਲ 1799 ਤੋਂ ਬਾਅਦ ਲਾਹੌਰ ਨੂੰ ਹੀ ਰਾਜਧਾਨੀ ਕੋਸ਼ਿਸ਼ ਕੀਤਾ ਗਿਆ ਇਸੇ ਕਰਕੇ ਅੰਪਾਇਰ ਦਾ ਨਾਮ ਵੀ ਸੂਬਾ-ਏ-ਲਾਹੌਰ ਜੋ ਹੈ ਰੱਖ ਦਿੱਤਾ ਗਿਆ ਸੀ ਜਿਸ ਦੇ ਅਸੀਂ ਵੱਖਰੇ-ਵੱਖਰੇ ਨਾਮ ਇਤਿਹਾਸ ਦੇ ਵਿੱਚ ਪੜੇ ਨੇ ਕਿਤੇ ਪੰਜਾਬ ਪੜਿਆ ਕਿਤੇ ਪੈਂਟੋਪਟਾਮੀਆ ਪੜਿਆ ਕਿਤੇ ਅਸੀਂ ਪੰਚਨੰਦ ਪੜਿਆ ਕਿਤੇ ਅਸੀਂ ਜੋ ਹੈ ਸਪਸਿੰਦੂ ਪੜਿਆ ਦੋਸਤੋ ਅਲੱਗ-ਅਲੱਗ ਜੋ ਨਾਮ ਹੈ ਪੰਜਾਬ ਦੇ ਸਾਨੂੰ ਵੇਖਣ ਨੂੰ ਮਿਲੇ ਫਿਰ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਐਜ਼ ਅ ਰਿਜ਼ਲਟ ਆਫ ਅਬੋਵ ਕਨਕਵੈਸਟ ਮਹਾਰਾਜਾ ਰਣਜੀਤ ਸਿੰਘ ਨੇ ਇਹ ਜੋ ਛੋਟਾ ਜੋ ਜੋ ਛੋਟੇ-ਛੋਟੇ ਮੈਸਲਾ ਸੀ ਇੱਕ ਵੱਡੇ ਕਿੰਗਡਮ ਦੇ ਵਿੱਚ ਸਭ ਨੂੰ ਜੋੜ ਕੇ ਜੋ ਹੈ ਐਕਸਟੈਂਡ ਕਰ ਦਿੱਤਾ ਉਹਨਾਂ ਦਾ ਰਾਜ ਜੋ ਹੈ ਨੌਰਥ ਦੇ ਵਿੱਚ ਲਦਾਖ ਫਿਰ ਸਾਊਥ ਦੇ ਵਿੱਚ ਸ਼ਿਕਾਰਪੁਰ ਅਤੇ ਜਮਰੂਦ ਨੌਰਥ-ਵੈਸਟ ਦੇ ਵਿੱਚ ਦੋਸਤੋ ਇਹ ਜੋ ਜਮਰੂਦ ਹੈ ਬਿਲਕੁਲ ਅਫਗਾਨਿਸਤਾਨ ਦੇ ਬਾਰਡਰ ਦੇ ਉੱਪਰ ਹੈ ਅਤੇ ਇਹ ਜੋ ਕਿਲਾ ਹੈ ਜਮਰੂਦ ਦਾ ਜੋ ਇਲਾਕਾ ਹੈ ਉਸ ਨੂੰ ਜਿੱਤਣ ਦੇ ਵਿੱਚ ਕਿਹਾ ਜਾਂਦਾ ਹੈ ਹਰੀ ਸਿੰਘ ਨਲਵਾ ਦਾ ਰੋਲ ਬਹੁਤ ਵੱਡਾ ਸੀ ਕਿਉਂਕਿ ਪੂਰਾ ਇਤਿਹਾਸ ਜੋ ਹੈ ਅਸੀਂ ਵੇਖਦੇ ਹਾਂ ਕਿ ਅਫਗਾਨੀਆਂ ਨੂੰ ਇਹਨਾਂ ਨੂੰ ਜਿੱਤਣਾ ਜੋ ਹੈ ਅਫਗਾਨਿਸਤਾਨ ਦੇ ਲੋਕਾਂ ਨੂੰ ਬੜਾ ਹੀ ਮੁਸ਼ਕਲ ਸੀ ਲੇਕਿਨ ਇਹ ਇੱਕੋ ਇੱਕ ਸਾਨੂੰ ਟਾਈਮ ਪੀਰੀਅਡ ਦੇਖਣ ਨੂੰ ਮਿਲਦਾ ਜਿੱਥੇ ਸਿਰਫ ਤੇ ਸਿਰਫ ਜੋ ਜਿੱਤੇ ਨਹੀਂ ਦੋਸਤੋ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਪਰਪਸ ਟੂ ਕਿਲੇ ਦਾ ਨਿਰਮਾਣ ਵੀ ਜਮਰੂਦ ਦੇ ਵਿੱਚ ਜੋ ਹੈ ਉਹ ਹਰੀ ਸਿੰਘ ਨਲਵੇਂ ਨੇ ਕੀਤਾ ਐਂਡ ਟੂ ਦਾ ਰਿਵਰ ਸਤ루ਜ ਇਹਦਾ ਈਸਟ ਤਾਂ ਇੱਥੇ ਅਸੀਂ ਵੇਖ ਰਹੇ ਹਾਂ ਕਿਉਂਕਿ 1809 ਦੇ ਵਿੱਚ ਸਤ루ਜ ਦੀ ਜਾਂ ਤੁਸੀਂ ਕਹਿ ਲਓ ਜੋ ਟ੍ਰੀਟੀ ਆਫ ਅੰਮ੍ਰਿਤਸਰ ਸੀ ਉਸ ਨੂੰ ਸਤ루ਜ ਨੂੰ ਐਸੀ ਬਾਉਂਡਰੀ ਹੀ ਮੰਨ ਲਿਆ ਗਿਆ ਜਿਸ ਤੋਂ ਜਿਸ ਕਰਕੇ 1809 ਤੋਂ ਬਾਅਦ ਈਸਟ ਦੀ ਤਰਫ ਜਾਂ ਕਹਿ ਲਓ ਹਿੰਦੁਸਤਾਨ ਦੀ ਦਿੱਲੀ ਤੋਂ نیچے-नीचे ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਅੰਪਾਇਰ ਐਕਸਟੈਂਡ ਨਹੀਂ ਕਰ पाए ਮਹਾਰਾਜਾ ਰਣਜੀਤ ਸਿੰਘ ਬਾਸ ਚੈਕਡ ਇਨ ਈਸਟ ਬਾਈ ਟ੍ਰੀਟੀ ਆਫ ਅੰਮ੍ਰਿਤਸਰ ਇਨ 1809 ਜੀਬੀਐਸਏ ਹੁਣੇ ਅਸੀਂ ਗੱਲ ਕੀਤੀ ਲੇਕਿਨ ਦੂਜੀ ਤਰਫ ਅਸੀਂ ਵੇਖਦੇ ਹਾਂ ਕਿ ਨੌਰਥ ਦੀ ਤਰਫ ਵੈਸਟ ਦੀ ਤਰਫ ਉਹਨਾਂ ਨੇ ਆਪਣਾ ਜੋ ਅੰਪਾਇਰ ਹੈ ਕਾਫੀ ਜ਼ਿਆਦਾ ਐਕਸਟੈਂਡ ਕੀਤਾ ਅ ਮਹਾਰਾਜਾ ਰਣਜੀਤ ਸਿੰਘ ਅੰਬੀਸ਼ਨ ਔਨ ਦਾ ਵੈਸਟਰਨ ਸਾਈਡ ਵਾਸ ਚੈੱਕਡ ਬਾਈ ਦਾ ਟ੍ਰਾਈਪਾਈਟਾਈਟ ਟ੍ਰੀਟੀ ਆਫ 1838 ਅੰਡਰ ਇਟ ਵਾਸ ਐਗਰੀਡ ਥੈਟ ਸ਼ਾਹ ਸ਼ੂਜ਼ਾ ਊਡ ਬੀ ਇਨਸਟਾਲਡ ਐਜ਼ ਅ ਕਿੰਗ ਆਫ ਕਾਬੂਲ ਵਿਦ ਦਾ ਹੈਲਪ ਆਫ ਬ੍ਰਿਟਿਸ਼ ਐਂਡ ਸਿਕ ਫੋਰਸੇਸ ਈਵਨ ਦੋਸਤੋ ਜੋ 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 ਸੰਧੀ ਹੋਈ ਜਿਹਨੂੰ ਅਸੀਂ ਟ੍ਰਾਈਪਾਈਟ ਤਿੰਨ ਮੁਖੀ ਜਨੂਅਰਟੀਟੀ ਬੋਲ ਦਿੰਦੇ ਹਾਂ ਉਸ ਦੇ ਮੁਤਾਬਕ ਹੀ ਅਫਗਾਨਿਸਤਾਨ ਦੇ ਵਿੱਚ ਵੀ ਜੋ ਇਹ ਬਾਦਸ਼ਾਹ ਬੈਠਿਆ ਸ਼ੂਜ਼ਾ ਉਹ ਵੀ ਉਸੇ ਟਾਈਮ ਹੀ ਬੈਠ ਸਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜੋ ਹੈ ਅਤੇ ਬ੍ਰਿਟਿਸ਼ਰਜ਼ ਨੇ ਮਿਲ ਕੇ ਉਸ ਨੂੰ ਉੱਥੇ ਬਿਠਾਇਆ ਮਤਲਬ ਹੁਣ ਅਫਗਾਨਿਸਤਾਨ ਦੀ ਜੋ ਗੱਦੀ ਹੈ ਉਹ ਵੀ ਕਿਤੇ ਨਾ ਕਿਤੇ ਜੋ ਹੈ ਪੰਜਾਬ ਤੋਂ ਜਾਂ ਲਾਹੌਰ ਤੋਂ ਜੋ ਹੈ ਇੰਪੈਕਟ ਹੋਣੀ ਸ਼ੁਰੂ ਹੋ ਗਈ ਮਹਾਰਾਜਾ ਰਣਜੀਤ ਸਿੰਘ ਵਾਸੀ ਡਿਵੌਟ ਸਿੱਖ ਐਂਡ ਕਨਸੀਡਰ ਹਿਮਸੈਲਫ ਐਜ਼ ਅ ਹੰਬਲ ਸਰਵੈਂਟ ਆਫ ਦਾ ਗੁਰੂ ਹੀ ਵਾਸ ਵੈਰੀ ਹੈਵੀ ਡੋਨਰ ਆਫ ਦਾ ਵੈਲਥ ਐਂਡ ਮੈਟੀਰੀਅਲ ਐਸੇ ਕਰਕੇ ਅਸੀਂ ਵੇਖਦੇ ਹਾਂ ਚਾਹੇ ਉਹ ਦਰਬਾਰ ਸਾਹਿਬ ਦੀ ਗੱਲ ਹੋਵੇ ਦਰਬਾਰ ਸਾਹਿਬ ਦੇ ਉੱਪਰ ਜੋ ਸ੍ਰੀ ਅੰਮ੍ਰਿਤਸਰ ਉੱਥੇ ਸੋਨੇ ਦੀਆਂ ਪਰਤਾਂ ਚੜਾਉਣ ਦੀ ਗੱਲ ਹੋਵੇ ਚਾਹੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਜਾਂ ਜਿੱਥੇ ਉਹ ਜੋਤੀ ਜੋਤ ਸਮਾਏ ਨੰਦੇੜ ਸਾਹਿਬ ਵਿਖੇ ਉੱਥੇ ਗੁਰਦੁਆਰਾ ਸਾਹਿਬ ਬਣਾਉਣ ਦੀ ਗੱਲ ਹੋਵੇ ਜਾਂ ਇਸ ਤੋਂ ਇਲਾਵਾ ਦੋਸਤੋ ਹੋਰ ਵੀ ਕਈ ਧਰਮਾਂ ਦੇ ਵਿੱਚ ਕਿਤੇ ਮਸਜਿਦ ਲਈ ਕਿਤੇ ਮੰਦਿਰ ਦੇ ਵਿੱਚ ਖਾਸ ਤੌਰ ਤੇ ਇੱਥੇ ਬਨਾਰਸ ਦਾ ਜੋ ਮੰਦਿਰ ਹੈ ਮਹਾਂਕਾਰ ਉੱਥੇ ਜੋ ਹੈ ਸੋਨੇ ਦੇ ਦਰਵਾਜ਼ੇ ਚੜਾਉਣ ਦੀ ਗੱਲ ਹੋਵੇ ਤਾਂ ਡੋਨੇਸ਼ਨ ਜੋ ਹੈ ਹਰ ਧਰਮ ਦੇ ਲੋਕਾਂ ਲਈ ਇਹਨਾਂ ਨੇ ਪ੍ਰੋਵਾਈਡ ਕੀਤਾ ਮਹਾਰਾਜਾ ਰਣਜੀਤ ਸਿੰਘ ਐਂਡ ਹਿਸ ਮਦਰ-ਇਨ-ਲੋ ਸਦਾਕੌਰ ਮਹਾਰਾਜਾ ਆਲਸੋ ਡੋਨੇਟਡ ਜਿਵੇਂ ਅਸੀਂ ਗੱਲ ਕਰ ਰਹੇ ਸੀ ਹਿੰਦੂ ਸ਼ਰਾਈਨਸ ਜਿਵੇਂ ਕਿ ਵਿਸ਼ਵਨਾਥ ਟੈਂਪਲ ਬਨਾਰਸ ਦੇ ਵਿੱਚ ਹੈ ਜਵਾਲਾਮੁਖੀ ਅਤੇ ਕਾਂਗੜਾ ਟੈਂਪਲ ਇਹ ਦੋਨੋਂ ਹਿਮਾਚਲ ਦੇ ਵਿੱਚ ਨੇ ਦੋਸਤੋ ਵਿੱਚ ਡਿਸਪਲੇ ਹਿਸ ਸੈਕੂਲਰ ਕੈਰੈਕਟਰ ਐਜ਼ ਅ ਕਿੰਗ ਪਹਿਲੇ ਲੈਕਚਰਸ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਇਵਨ ਇਹਨਾਂ ਦੀ ਜੋ ਐਡਮਿਨਿਸਟ੍ਰੇਸ਼ਨ ਸੀ ਪੂਰੀ ਪਾਪੂਲੇਸ਼ਨ ਜੇ ਅਸੀਂ ਐਮਪਾਇਰ ਦੀ ਗੱਲ ਕਰ 80% ਵਰ ਮੁਸਲਮ ਲਗਭਗ 19% ਦੇ ਲਗਭਗ ਜੋ ਹੈ ਹਿੰਦੂ ਸੀ ਅਤੇ 1% ਤੋਂ ਵੀ ਘੱਟ ਜੋ ਹੈ ਉੱਥੇ ਸਿੱਖ ਸੀ ਲੇਕਿਨ ਇਹਨਾਂ ਦੀ ਸੈਕੂਲਰ ਛਵੀ ਕਰਕੇ ਜੋ ਹੈ ਇਤਿਹਾਸ ਦੇ ਕੁਝ ਮਹਾਨ ਰਾਜਿਆਂ ਦੇ ਵਿੱਚੋਂ ਜਿਸ ਤਰੀਕੇ ਨਾਲ ਸੀ ਅਸ਼ੋਕ ਦਾ ਨਾਮ ਲੈਨੇ ਆ ਜਿਸ ਤਰੀਕੇ ਨਾਲ ਅਸੀਂ ਅਕਬਰ ਦਾ ਨਾਮ ਲੈਨੇ ਹਾਂ ਤਾਂ ਉਸੇ ਸ਼੍ਰੇਣੀ ਦੇ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਵੀ ਲੈਨੇ ਹਾਂ ਤਾਂ ਇਸ ਤੋਂ ਇਲਾਵਾ ਮੈਂ ਔਲੀ ਦੱਸ ਚੁੱਕੇ ਹਾਂ ਤਖਸ਼ੀ ਪਟਨਾ ਸਾਹਿਬ ਤਖਸ਼ੀ ਹਜ਼ੂਰ ਸਾਹਿਬ ਉੱਥੇ ਵੀ ਗੁਰਦੁਆਰਾ ਸਾਹਿਬ ਦਾ ਨਿਰਮਾਣ ਇਹਨਾਂ ਨੇ ਕਰਾਇਆ ਮਹਾਰਾਜਾ ਬਾਸ ਯੂਸੂਅਲੀ ਡਰੈਸਡ ਇਨ ਅ ਸਿੰਪਲ ਵਾਈਟ ਸਿੰਪਲ ਵਾਈਟ ਕਪੜੇ ਪਾਇਆ ਕਰਦੇ ਸੀ ਕਿਸੇ ਤਰ੍ਹਾਂ ਦਾ ਕੋਈ ਕਰਾਊਨ ਨਹੀਂ ਪਾਉਂਦੇ ਸੀ ਕੋਈ ਗਹਿਣੇ ਨਹੀਂ ਪਾਉਂਦੇ ਸੀ ਬਟ ਇਜ਼ ਸਿੰਗਲ ਸਟ੍ਰਿੰਗ ਆਫ ਪਲਸ ਬਸ ਇੱਕ ਮੋਤੀਆਂ ਦੀ ਮਾਲਾ ਜ਼ਰੂਰ ਜੋ ਹੈ ਪਹਿਨਦੇ ਸੀ ਔਰ ਅਰਾਊਂਡ ਹਿਸ ਵੇਸਟ ਐਂਡ ਉਹਨੇ স্পেশাল ਓਕੇਜਨਸ ਅਤੇ ਕੁਝ ਖਾਸ ਮੌਕਿਆਂ ਦੇ ਉੱਪਰ ਜੋ ਹੈ ਜੋ ਜੋ ਕੋਹੀਨੂਰ ਦਾ ਹੀਰਾ ਹੈ ਜਿਹਨੂੰ ਅਸੀਂ ਕੱਲ ਵੀ ਪੜਿਆ ਮਾਊਂਟੇਨ ਆਫ ਜੋ ਹੈ ਦੋਸਤੋ ਲਾਈਟ ਜੋ ਹੈ ਲਾਈਟ ਆਫ ਮਾਊਂਟੇਨਸ ਹੈ ਜਿਸ ਨੂੰ ਅਸੀਂ ਬਾਅਦ ਦੇ ਵਿੱਚ ਵੇਖਿਆ ਕਿ ਬਈ ਕਿਸ ਤਰੀਕੇ ਨਾਲ ਉਹ ਗੋਲਗੁੰਡਾ ਮਾਈਨਸ ਤੋਂ ਜੋ ਹੈ ਨਾਦਰਸ਼ਾ ਲੈ ਕੇ ਗਿਆ ਫਿਰ ਉਸ ਤੋਂ ਬਾਅਦ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਆਏ ਅਤੇ ਬਾਅਦ ਦੇ ਵਿੱਚ ਗਦਲੀਬ ਸਿੰਘ ਦੇ ਜ਼ਰੀਏ ਜੋ ਹੈ ਉਹ ਬਾਹਰ ਕুইਨ ਵਿਕਟੋਰੀਆ ਕੋਰ ਚਲਾ ਗਿਆ ਉਸ ਦੀ ਸਟੋਰੀ ਜੋ ਹੈ ਅਲੱਗ ਤੋਂ ਮੈਂ ਦੱਸੀ ਸੀ ਕੱਲ ਤਾਂ ਜੋ ਹੈ ਕੋਹੀਨੂਰ ਨੂੰ ਕੁਝ ਸਪੈਸ਼ਲ ਓਕੇਸ਼ਨਸ ਦੇ ਉੱਪਰ ਜ਼ਰੂਰ ਪਾ ਲੈਂਦੇ ਇਸ ਤਰ੍ਹਾਂ ਦੋਸਤੋ ਅੱਜ ਦਾ ਲੈਕਚਰ ਅਤੇ ਲਾਸਟ ਅਗਲੇ ਲੈਕਚਰ ਦੇ ਵਿੱਚ ਅਸੀਂ ਪੜ੍ਹਾਂਗੇ ਕਿ ਕਿਵੇਂ ਜੋ ਹੈ ਮਹਾਰਾਜਾ ਰਣਜੀਤ ਸਿੰਘ ਦਾ ਜੋ एंपਾਇਰ ਖਤਮ ਹੋਇਆ ਅਤੇ ਦੋਨੋਂ ਜੋ ਐਂਗਲੋ ਸਿੱਖ ਵਾਰਸ ਹੈ ਉਹਨਾਂ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਥੈਂਕ ਯੂ